ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਸਾਨੂੰ ਨਵੇਂ ਸਾਲ ਦੇ ਵਿੱਚ ਆਉਣ ਵਾਲੀਆਂ ਮਸਤੀ ਭਰੀਆਂ ਫਿਲਮਾਂ ਦੀ ਅਨਾਊਂਸਮੈਂਟ ਸੁਣਨ ਨੂੰ ਮਿਲ ਰਹੀ ਹੈ ਤੇ ਅਸੀਂ ਹੁਣੇ ਹੀ ਨਵੇਂ ਸਾਲ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਅੱਜ ਅਸੀਂ ਫਿਰ ਤੋਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਫਿਲਮ ਦੀ ਅਨਾਊਂਸਮੈਂਟ। ਫਿਲਮ ਦਾ ਨਾਮ ਹੈ ਜੁਗਨੀ ਯਾਰਾਂ ਦੀ ਅਤੇ ਇਹ ਫਿਲਮ ਕਾਲਜ ਲਾਈਫ 'ਤੇ ਬੇਸ ਹੋਏਗੀ। ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਸਾਗਰ ਐਸ ਸ਼ਰਮਾ। ਸਾਗਰ ਵੱਲੋਂ ਡਾਇਰੈਕਟ ਕੀਤੀ ਇਹ ਤੀਜੀ ਪੰਜਾਬੀ ਫਿਲਮ ਹੋਏਗੀ। ਸਾਗਰ ਇਸ ਤੋਂ ਪਹਿਲਾਂ ਹੀਰ ਐਂਡ ਹੀਰੋ ਅਤੇ ਬੁਰਰਾ ਵਰਗੀਆਂ ਫਿਲਮਾਂ ਡਾਇਰੈਕਟ ਕਰ ਚੁੱਕੇ ਨੇ ਅਤੇ ਉਹਨਾਂ ਦੀ ਇੱਕ ਬਾਲੀਵੁੱਡ ਫਿਲਮ ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ ਪ੍ਰੀਤ ਬਾਠ, ਜੋ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਰਿਲੀਜ਼ ਹੋਈ ਫਿਲਮ ਕੰਡੇ ਵਿੱਚ ਦੇਖੇ ਸੀ, ਅਤੇ ਦੀਪ ਜੋਸ਼ੀ, ਜਿਨ੍ਹਾਂ ਦੀ ਇਹ ਤੀਜੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਦੀਪ ਫਿਲਮ ਬਠਿੰਡਾ ਐਕਸਪ੍ਰੈਸ ਅਤੇ ਬੁਰਰਾ ਵਿੱਚ ਵਧੀਆ ਕੰਮ ਕਰ ਚੁੱਕੇ ਨੇ। ਇਸ ਫਿਲਮ ਦੇ ਫੀਮੇਲ ਲੀਡ ਵਿੱਚ ਅਸੀਂ ਦੇਖਾਂਗੇ ਫਰੈਸ਼ ਚਿਹਰੇ ਸਿੱਧੀ, ਅਹੂਜਾ ਅਤੇ ਮਹਿਮਾ ਹੋਰਾ। ਇਹਨਾਂ ਤੋਂ ਇਲਾਵਾ ਫਿਲਮ ਦੀ ਸਪੋਰਟਿੰਗ ਕਾਸਟ ਵਿੱਚ ਹੋਣਗੇ ਕੁਮਾਰ, ਅਜੇ, ਰੁਪਿੰਦਰ, ਰੂਪੀ, ਜਤਿਨ ਸ਼ਰਮਾ, ਮਨਜੀਤ ਸਿੰਘ, ਮੋਹਿਤ, ਭਾਸਕਰ ਅਤੇ ਹੋਰ ਕਾਫੀ ਸਾਰੇ ਐਕਟਰਸ। ਫਿਲਮ ਨੂੰ ਲਿਖਿਆ ਹੈ ਕੁਮਾਰ ਅਜੇ ਨੇ ਅਤੇ ਫਿਲਮ ਦਾ ਮਿਊਜ਼ਿਕ ਕੰਪੋਜ਼ ਕੀਤਾ ਹੈ ਗੁਰਮੀਤ ਸਿੰਘ ਅਤੇ ਜੱਸੀ ਕਟਿਆਲ ਨੇ। ਇਹ ਫਿਲਮ ਬਤਰਾ ਸ਼ੋਬਿਸ ਅਤੇ ਗੋਲਡ ਮਾਊਂਟਨ ਦੇ ਬੈਨਰ ਹੇਠਾਂ ਬਣਾਈ ਗਈ ਹੈ ਅਤੇ ਇਹ ਫਿਲਮ ਵੈਲੇਂਟਾਈਨਸ ਡੇ ਵਾਲੇ ਟਾਈਮ 'ਚ 15 ਫਰਵਰੀ 2019 ਨੂੰ ਰਿਲੀਜ਼ ਕੀਤੀ ਜਾਏਗੀ। ਇਸ ਫਿਲਮ ਦੇ ਪ੍ਰੋਡਿਊਸਰਸ ਨੇ ਰਾਜਨ ਬਤਰਾ, ਦੀਪਕ ਚੌਧਰੀ, ਨੀਰਜ ਪਾਠਕ ਅਤੇ ਰਾਜੇਸ਼ ਹੋਰਾ। ਫਿਲਮ ਦਾ ਫਸਟ ਲੁੱਕ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਹਨੂੰ ਦੇਖ ਕੇ ਐਵੇਂ ਲੱਗਦਾ ਹੈ ਕਿ ਸਾਗਰ ਸ਼ਰਮਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁਛ ਵੱਖਰਾ ਲੈ ਕੇ ਆਉਣਗੇ ਆਪਣੇ ਦਰਸ਼ਕਾਂ ਲਈ। ਇਸ ਫਿਲਮ ਦੀਆਂ ਹੋਰ ਅਪਡੇਟਸ ਲਈ ਅਤੇ ਫਿਲਮ ਦੀਆਂ ਹੋਰ ਤਾਜ਼ਾ ਖਬਰਾਂ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਟਾਈਪ ਕਰਨਾ ਨਾ ਭੁੱਲਿਓ ਸਾਡਾ YouTube ਚੈਨਲ ਪੰਜਾਬੀ ਮੀਨੀਆ। ਰੱਬ ਰੱਖ।